ਕਸ਼ਮੀਰ ਵਿੱਚ ਸ਼ਾਂਤੀ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਆਪਣੇ ਹੀ ਬਿਆਨਾਂ ਤੋਂ ਪਲਟ ਗਈ ਹੈ। ਧਾਰਾ 370 ਖਤਮ ਕਰਨ ਦੇ ਕਰੀਬ 13 ਦਿਨ ਬਾਅਦ ਸਰਕਾਰ ਨੇ ਆਖਿਰਕਾਰ ਖੁਦ ਮੰਨ ਲਿਆ ਕਿ ਕਸ਼ਮੀਰ ਵਿੱਚ ਅਸੀਂ ਕਸ਼ਮੀਰ ਲੋਕਾਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਦਾ ਅੰਕੜਾ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਸਰਕਾਰੀ ਸੂਤਰਾਂ ਨੇ ਖਬਰ ਏਜੰਸੀ AFP ਨੂੰ ਦੱਸਿਆ ਕਿ ਕਸ਼ਮੀਰ ਵਿੱਚ PSA ਯਾਨੀ ਪਬਲਿਕ ਸੇਫਟੀ ਐਕਟ ਅਧੀਨ ਕਰੀਬ 4000 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਇਹ ਵੀ ਮਿਲੀ ਹੈ ਕਿ ਗ੍ਰਿਫਤਾਰ ਕੀਤੇ ਬਹੁਤੇ ਲੋਕਾਂ ਨੂੰ ਕਸ਼ਮੀਰ ਤੋਂ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ, ਕਿਉਂਕਿ ਕਸ਼ਮੀਰ ਦੀਆਂ ਜੇਲ੍ਹਾਂ ਪਹਿਲਾਂ ਹੀ ਕੈਦੀਆਂ ਨਾਲ ਲੋੜ ਤੋਂ ਵੱਧ ਭਰ ਚੁੱਕੀਆਂ ਨੇ। ਕੇਂਦਰ ਸਰਕਾਰ ਇਸ ਤੋਂ ਪਹਿਲਾਂ ਲਗਾਤਾਰ ਕਿਸੇ ਵੀ ਕਸ਼ਮੀਰੀ ਦੀ ਗ੍ਰਿਫਤਾਰੀ ਤੋਂ ਇਨਕਾਰ ਕਰ ਰਹੀ ਸੀ। ਇੱਕ ਹੋਰ ਪੁਲਿਸ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ AFP ਨੂੰ ਦੱਸਿਆ ਕਿ ਕਰੀਬ 6000 ਲੋਕਾਂ ਨੂੰ ਮੈਡੀਕਲ ਕਰਵਾਉਣ ਤੋਂ ਬਾਅਦ ਗ੍ਰਿਫਤਾਰ ਕਰਕੇ ਆਰਮੀ ਦੇ ਜਹਾਜ਼ ਰਾਹੀਂ ਬਾਹਰਲੇ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਭੇਜਿਆ ਗਿਆ ਹੈ। ਇਸ ਖਬਰ ਤੋਂ ਬਾਅਦ ਮੋਦੀ ਸਰਕਾਰ ਦਾ ਇੱਕ ਹੋਰ ਵੱਡਾ ਝੂਠ ਫੜਿਆ ਗਿਆ ਜਦੋਂ ਸਰਕਾਰ ਨੇ BBC ਵੱਲੋਂ ਕਸ਼ਮੀਰ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੀਆਂ ਰਿਪੋਰਟਾਂ ਨੂੰ ਝੂਠਾ ਕਹਿ ਕੇ ਰੱਦ ਕਰ ਦਿੱਤਾ ਸੀ। ਪਰ ਹੁਣ ਸਰਕਾਰ ਵੱਲੋਂ ਕਸ਼ਮੀਰੀਆਂ ਦੀਆਂ ਗ੍ਰਿਫਤਾਰੀਆਂ ਕਬੂਲ ਕਰ ਲੈਣ ਤੋਂ ਬਾਅਦ ਕਸ਼ਮੀਰੀ ਲੋਕਾਂ ਵੱਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ 'ਤੇ ਕੋਈ ਸ਼ੱਕ ਨਹੀਂ ਰਿਹਾ। BBC ਦੀ ਰਿਪੋਰਟ ਮੁਤਾਬਕ ਧਾਰਾ 370 ਹਟਾਉਣ ਤੋਂ ਬਾਅਦ ਕਸ਼ਮੀਰੀ ਲੋਕ ਗੁੱਸੇ ਵਿੱਚ ਨੇ ਅਤੇ ਉਹਨਾਂ ਨੇ ਕਈ ਥਾਈਂ ਵੱਡੇ ਵੱਡੇ ਵਿਰੋਧ ਪ੍ਰਦਰਸ਼ਨ ਵੀ ਕੀਤੇ। ਸ਼੍ਰੀਨਗਰ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਫੌਜ ਵਿਚਾਲੇ ਝੜਪ ਵੀ ਹੋਈ। ਜ਼ਖਮੀ ਲੋਕ ਹਸਪਤਾਲਾਂ ਵਿੱਚ ਦਾਖਲ ਨੇ। BBC ਅਤੇ ਅਲਜਜ਼ੀਰਾ ਵਰਗੇ ਕੌਮਾਂਤਰੀ ਮੀਡੀਆ ਅਦਾਰੇ ਕਸ਼ਮੀਰ ਦੇ ਹਾਲਾਤਾਂ ਬਾਰੇ ਲਗਾਤਾਰ ਰਿਪੋਰਟਿੰਗ ਕਰ ਰਹੇ ਨੇ। ਰਿਪੋਰਟਿੰਗ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦ ਖਾਲਸ TV 'ਤੇ ਦਿਖਾ ਰਹੇ ਹਾਂ। Testing against the article 370 which was removed by the government, Modi government. It has turned our Kashmir into the conflict zone and a war zone. If Modi have a power, then remove the curfew. We will show the power of Kashmiris. We for freedom, we for freedom, go India, go back, go India, go back. ਪਿਛਲੇ 70 ਸਾਲੋਂ ਸੇ ਹਮ ਸਿਰਫ ਆਪਣੀ ਆਵਾਜ਼ ਬੁਲੰਦ ਕਰੇ, ਹਮ ਆਪਣਾ ਹੱਕ ਮੰਗ ਰਹੇ ਹਾਂ। ਔਰ ਉਸਕੇ ਬਾਅਦ ਆਜ ਹਮਨੇ ਫਿਰ ਇੱਕ ਵਾਰ ਪ੍ਰੋਟੈਸਟ ਕੀਆ ਯਹਾਂ ਪਰ ਜਨਾਬ ਸਾਹਿਬ ਸੋਹਰਾ ਮੇਂ। ਇਹ ਹੱਕ ਜੋ ਹਮਾਰਾ ਹੈ ਹਮਸੇ ਹੀ ਕਿਉਂ ਛੀਨਾ ਜਾ ਰਹਾ ਹੈ? ਹਮ ਇਹ ਕਹਿ ਰਹੇ ਹੈ ਕਿ ਇੰਡੀਆ ਗਵਰਨਮੈਂਟ ਸੇ ਇਹ ਹੱਕ ਹਮੇ ਵਾਪਸ ਦੀਜੀਏ। ਹਮਨੇ ਪੁਰਾਮਨ ਜਲੂਸ ਨਿਕਾਲਾ ਯਹਾਂ ਸੇ, ਪ੍ਰੋਟੈਕਸ਼ਨ ਪੁਰਾਮਨ ਕੀਆ ਹੈ। ਕਿਉਂਕਿ ਮੇਰੀ ਟਾਂਗ ਪੇ ਲਗੀ ਹੈ, ਜਿਨਕੀ ਆਂਖ ਪੇ ਲਗੀ ਹੈ ਉਨਕੋ ਕਿਆ ਹੋਆ ਹੋਗਾ? ਅਸ ਉਸ 20 ਮਿੰਟ ਦੀ ਔਰ 30 ਮਿੰਟ ਦੀ ਬਸ ਰੋਡ ਇਸਤੇ ਮੂਈ ਜੇਮ ਤਰਫ 10 ਮਿੰਟ ਦੀ ਅੰਦਰ ਬਸ ਰੋਡ ਅਸ 10-5-8 ਨੰਬਰ ਸ਼ੂ ਆਪਦਾ ਜਸ ਸਾਡੇ 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 ਸਾਡ
أسۍ حظ ٲسۍ نٮ۪ماز پَرنہِ ییٚتہِ نٮ۪ماز پٔرِتھ درٛاو پُرامُن جُلوٗس جُلوٗس حظ درٛاو تہٕ پَتہٕ ٲسۍ پَکان تہٕ ؤتھۍ حظ اَڑٕ ووت اَسہِ حظ آے پَتہٕ سکوٗٹی فورَس یِمو حظ کوٚر اَسہِ پٮ۪ٹھ حملہٕ تہٕ لٲٹھی چارٕج کٔرِکھ فایَر لَگٲیِکھ There have been some reports in the media about firing by security agencies and deaths. The police carried out a detailed briefing and I would like to strongly reiterate and categorically deny that any firing incident has happened in the state. پَتہٕ ہَسا کٔرٕکھ کٲم تِمَن باسے مےٚ ہَسا گوٚو صحیح زخمی تِمَن روٗدُس بہٕ تٔتی پَتہٕ آرمی یَلہٕ اوسُس بہٕ تٔتی پَتہٕ پٮ۪تھ مےٚ حظ چھِ یَتھ مان ژٕ ؤتھۍ ٲٹھ دۄہ یِتھٕے پٲٹھۍ اَتھ چھِنہٕ فرقہ ورقہ وٕنہِ تہِ گژھان کِہیٖنۍ مےٚ بھی تھوڑا آگے جا رہا تھا اور اس کے بعد انہوں نے مجھے ٹارگیٹ بنایا اور میری ٹانگ پہ جو رائٹ سائڈ کی انہوں نے ٹارگیٹ کیا اور میں وہیں پر گر گیا جب میں نے لیفٹ ہاتھ ایسے رائٹ ٹانگ پہ لگایا تو بہت بلڈ لاس ہو چکا تھا تبھی کسی نے جب میں آگے گیا تو کسی نے اسکوٹی پہ اٹھا کر مجھے ہاسپٹل لے گیا ڈاکٹر نے بولا ہے کہ یہ پورا کوٹریج اندر گیا ہے عید نماز ویئر آفرڈ ایٹ ڈفرنٹ ماسک اینڈ دا آفٹر دا پریئر دا کانگریگیشن ڈسپرسڈ پیسفلی وی جسٹ ہیو کپل آف مائنر لوکلائزڈ انسیڈنٹس آف لا اینڈ آرڈر وچ واز ہینڈلڈ very professionally and the people are dispersed. The important factor is that in these incidents there is only couple of injuries which have reported and otherwise the entire valley the situation is normal. ہمیں تو زخم لگی ہے جب ہم ٹھیک ہو گئے تو انشاءاللہ رپورٹ دا خالص ٹی وی